ਵਾਲੇ ਭਰਾਵਾਂ ਦਾ ਵੀ ਧੰਨਵਾਦ ਹੈ ਜੋ ਲਾਈਵ ਕਰ ਰਹੇ ਹੈ। ਲਓ ਪਹਿਲੀ ਰੇਡ ਕਹਿੰਦੇ ਖਾਰੇ ਵਾਲੇ ਸੰਘੇ ਨੇ ਭਲੂਰ ਦੀ ਟੀਮ ਦੇ ਵੱਲੋਂ ਪਾ ਦਿੱਤੀ ਹੈ। ਇੱਧਰ ਚਾਰ ਜਾਫੀਆਂ ਜਿਉਣ ਵਾਲੇ ਪਿੰਡ ਦੇ, ਇੱਕ ਪਾਸੇ ਕਾਲਾ ਦੋਦੇ ਵਾਲਾ ਹੈ, ਨਾਲ ਜਿਉਣ ਵਾਲੀ ਹੈ ਵੀਰੂ ਹੈ, ਨਾਲ ਗੁਰਸ਼ਰਨ ਹੈ, ਤੇ ਉਰਲੇ ਪਾਸੇ ਮੁੰਡਾ ਫਿਰੋਜ਼ਪੁਰੀ ਹੈ ਸ਼ੂਸ਼ਕ ਵਾਲਾ ਫੁੱਲਾ। ਐਨ ਚਾਰੇ ਜਾਫੀ ਪੱਟਾਂ ਦੇ ਥਾਪੀਆਂ ਮਾਰ ਰਹੇ ਹੈ। ਮੈਚ ਕੁਆਟਰ ਫਾਈਨਲ ਹੈ, ਪਹਿਲੀ ਰੇਡ ਹੈ। ਲਓ ਕਹਿੰਦੇ ਖਾਰੇ ਵਾਲੇ ਸੰਘੇ ਨੇ ਪਹਿਲਾ ਨੰਬਰ ਆਪਣੀ ਟੀਮ ਦੇ ਲਈ ਜੋੜ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ। ਆਹ ਨੌਜਵਾਨ ਦਾ ਕਹਿੰਦੇ ਬਦਰਾ ਪਿੰਡ ਹੈ, ਐਨ ਕਹਿੰਦੇ ਵੱਡੇ ਵੱਡੇ ਸਟਾਰਾਂ ਨੂੰ ਵਕਤ ਪਾ ਦਿੰਦਾ ਜਦੋਂ ਰੇਡਾਂ ਪਾਉਂਦਾ ਹੈ। ਪਰ ਸਾਹਮਣੇ ਕਹਿੰਦੇ ਭਲੂਰ ਦੇ ਚਾਰ ਜਾਫੀ ਹੈ, ਕੋਟਲੀ ਵਾਲਾ ਜੀਤ ਹੈ, ਨਾਲ ਕਹਿੰਦੇ ਤੋਤਾ ਕੀਤ ਵਰਗੇ ਹੈ। ਹੁਣ ਚਾਰਾਂ ਦੇਖਦੇ ਆ ਵੀ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ। ਕਬੱਡੀ ਦੇ ਵੱਡੇ ਪ੍ਰਮੋਟਰ ਮੇਜਰ ਬਰਾੜ ਦੇ ਪੇਂਡੂਆਂ ਦੇ ਵਿੱਚੋਂ ਨਾ ਕੋਟਲੀ ਵਾਲਾ ਕਹਿੰਦੇ ਜੀਤ ਕੋਸ਼ਿਸ਼ ਕਰ ਰਿਹਾ ਹੈ, ਪਰ ਨੰਬਰ ਰੇਡਰ ਦੇ ਇਸੇ ਕਾਕੇ ਦੀ ਰੇਡ ਲਾ ਵੀ ਦਿਲਵਾ ਕਰੀ ਗੱਲ। ਅਗਲੀ ਰੇਡ ਕਹਿੰਦੇ ਸਮਾਧ ਭਾਈ ਵਾਲਾ ਕਾਕਾ ਇਸ ਸਮੇਂ ਕਬੱਡੀ ਪਾ ਰਿਹਾ ਹੈ, ਚਾਰ ਜਾਫੀ ਤਿਆਰ ਹੈ। ਇੱਕ ਨਹੀਂ ਤੇ ਕਹਿੰਦੇ ਦੋਦੇ ਵਾਲਾ ਕਾਲਾ ਹੈ, ਨਾਲ ਵੀਰੂ ਹੈ ਤੇ ਨਾਲ ਸ਼ਰਨਾ ਹੈ, ਤੇ ਸ਼ੁਸ਼ਕ ਵਾਲਾ ਫੁੱਲਾ ਕਹਿੰਦੇ ਲੱਖਾਂ ਦੇ ਜਫੇ ਲਾਉਣ ਵਾਲਾ ਹੈ। ਆਓ ਇਸ ਸਮੇਂ ਫੁੱਲਾ ਸ਼ੁਸ਼ਕ ਵਾਲਾ ਤੇ ਸਮਾਧ ਵਾਲੇ ਦੇ ਲੱਗਦਾ ਵੀ ਹੁਣ ਚੱਕੇ ਜਾਮ ਵਾਲੀ ਗੱਲ ਬਣੀ ਪਈ ਹੈ। ਆਹ ਫੁੱਲਾ ਸ਼ੁਸ਼ਕ ਵਾਲਾ ਖੇਡ ਆਇਆ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਵੀ। ਆਹ ਬੱਲੇ ਉਹ ਸ਼ੁਸ਼ਕ ਵਾਲਿਆ, ਇਹ ਫੁੱਲਾ ਸ਼ੁਸ਼ਕ ਵਾਲਾ, ਇਹ ਫੁੱਲਾ ਸ਼ੁਸ਼ਕ ਵਾਲਾ। ਲਓ ਕਹਿੰਦੇ ਸੁੱਖਾ ਆ ਗਿਆ ਜਿਉਣ ਵਾਲੀ ਹੈ, ਲਓ ਕਹਿੰਦੇ ਸੁੱਖਾ ਜਿਉਣ ਵਾਲੀ ਹੈ, ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ। ਚਾਰ ਜਾਫੀ ਤਿਆਰ ਹੈ, ਤੋਤਾ ਜਿੰਨੇ ਜੱਫੇ ਲਾਊਗਾ ਨਹਿਰੂ ਸਾਡਾ ਵੀਰ ਸਿੰਘਾਪੁਰ ਵਾਲਾ ਐਲਾਨ ਕਰਵਾਉਂਦਾ ਵੀ ਹਰ ਜੱਫੇ ਦੇ 500 ਦੇ ਮਾਣ ਹੋਣਗੇ। ਲਓ ਸਾਹਮਣੇ ਸੁੱਖਾ ਤੇ ਤੋਤਾ, ਤੋਤਾ ਤੇ ਸੁੱਖਾ ਟੱਕਰ ਹੋਈ ਹੈ, ਪਰ ਜਿਉਣ ਵਾਲੀ ਆ ਸੁੱਖਾ ਵੀ ਕਹਿੰਦੇ ਤੇਜ਼ ਹੈ, ਇੱਕ ਤਕੜੇ ਨੰਬਰ ਦਾ ਵਾਧਾ ਇਸ ਗੱਭਰੂ ਨੇ ਕਰ ਦਿੱਤਾ ਹੈ। ਲਓ ਕਹਿੰਦੇ ਸੰਘਾ ਆ ਗਿਆ ਖਾਰੇ ਵਾਲਾ, ਮੁੰਡੇ ਦੇ ਪਿੰਡੇ ਤੋਂ ਕਹਿੰਦੇ ਤ੍ਰਿਪ ਤ੍ਰਿਪ ਮੁੜਕਾ ਜੋਈ ਜਾਂਦਾ ਹੈ, ਤ੍ਰਿਪ ਤ੍ਰਿਪ ਕਹਿੰਦੇ ਮੁੜਕਾ ਜੋਈ ਜਾਂਦਾ ਹੈ। ਜੇ ਇੱਕ ਟੂਟੀ ਦੇ ਵਿੱਚੋਂ ਇੱਕ ਸਕਿੰਟ ਦੀ ਇੱਕ ਬੂੰਦ ਪਾਣੀ ਦੀ ਡਿੱਗੇ, ਇੱਕ ਸਾਲ 'ਚ ਕਹਿੰਦੇ 11,000 ਲੀਟਰ ਪਾਣੀ ਬਰਬਾਦ ਹੋ ਜਾਂਦਾ ਹੈ। ਪਰ ਸਾਹਮਣੇ ਇੱਕ ਪਸੀਨੇ ਦੀ ਗੱਲ ਹੈ, ਮੁੜਕੇ ਦੀ ਗੱਲ ਹੈ। ਲਓ ਦੋਦੇ ਵਾਲੇ ਕਾਲੇ ਦੀ ਛਾਤੀ ਦੇ ਵਿੱਚ ਟੱਚ ਕੀਤਾ ਹੈ ਤੇ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੁੜਿਆ ਹੈ। ਬਦਰੇ ਵਾਲਾ ਨਿੱਕਾ ਫੇਰ ਰੇਡ ਪਾਉਣ ਦੇ ਲਈ ਵਾਧਾ ਹੋਇਆ, ਸਮੁੰਦਰ ਜਿਹਾ ਕੱਟ ਹੈ, ਮਦਰੀ ਗੋਡੀ ਦਾ ਨੌਜਵਾਨ ਹੈ, ਗੋਲ ਮਟੋਲ ਜਿਹਾ ਸਰੀਰ ਹੈ। ਹੁਣ ਚਾਰੇ ਜਾਫੀ ਕਹਿੰਦੇ ਭਲੂਰ ਪਿੰਡ ਦੇ ਤਿਆਰ ਬਰ ਤਿਆਰ ਹੈ, ਜਿਹੜੇ ਮੋਗੇ ਦਾ ਭਲੂਰ ਪਿੰਡ ਹੈ, ਪਰ ਕਹਿੰਦੇ ਹੱਦ ਤੇ ਆ ਜਾਂਦਾ ਹੈ, ਉਰਲੇ ਪਾਸੇ ਫਰੀਦਕੋਟ ਸਟਾਰਟ ਹੋ ਜਾਂਦਾ ਹੈ। ਪਰ ਹੁਣ ਚਾਰਾਂ ਦੇ ਵਿੱਚੋਂ ਕੌਣ, ਦੁਨੀਆ ਨੇ ਕਹਿੰਦੇ ਅੱਖਾਂ ਗੱਡ ਲੀਆਂ, ਪਿੱਟੂ ਵੀ ਦੇਖਦਾ। ਲਓ ਸਾਹਮਣੇ ਕਹਿੰਦੇ ਦੋ ਖਿਡਾਰੀਆਂ ਦੀ ਟੱਕਰ, ਉਹ ਭੱਲੇ ਉਹ ਭੱਲੇ ਉਹ ਪਿਆਰ ਦੇ ਨਾਲ, ਪਿਆਰ ਦੇ ਨਾਲ ਇੱਥੇ ਉਹ ਬਦਰੇ ਵਾਲਿਆ, ਭਾਵੇਂ ਬਦਰੇ ਵਾਲਿਆ, ਭਾਵੇਂ ਬਦਰੇ ਵਾਲਿਆ, ਉਹ ਜਿਹਨੂੰ ਜਿਹਨੂੰ ਬਾਈ ਮੁੰਡੇ ਦਾ ਐਕਸ਼ਨ ਵਧੀਆ ਲੱਗਿਆ ਉਹ ਤਾੜੀਆਂ ਮਾਰਨਗੇ। ਐਨ ਐਕਸ਼ਨ ਵੀ ਕਮਾਲ ਦਾ, ਪਰ ਜਿਹੜਾ ਵੀਰ ਪਾਣੀ ਦੀ ਬੋਤਲ ਲਈ ਫਿਰਦਾ ਉਹ ਪਾਣੀ ਜ਼ਰੂਰ ਪਿਆ ਦੇਵੇ, ਕਿਉਂਕਿ ਇੰਨਾ ਭਾਰਾ ਥੱਪੜ ਕੇਰਾ ਤਾਂ ਚੱਕਰ ਵੱਧ ਜਾਂਦੇ ਹੈ। ਤਾਂ ਉਹ ਸਾਹਮਣੇ ਕਹਿੰਦੇ ਸਮਾਧ ਵਾਲੇ ਕਾਕੇ ਦੀ ਰੇਡ, ਉਹ ਫੁੱਲਾ ਸ਼ੂਸ਼ਕ ਵਾਲਾ, ਉਹ ਫੁੱਲਾ ਸ਼ੂਸ਼ਕ ਵਾਲਾ, ਉਹ ਮੁੰਡਾ ਫਿਰੋਜ਼ਪੁਰੀ ਆ, ਐਨ ਗੱਡਾ ਡਈਆਂ ਤੇ ਕਹਿੰਦੇ ਸ਼ੂਸ਼ਕ ਵਾਲਾ ਫੁੱਲਾ ਵੀ ਐਨ ਤੁੰਨ ਤੁੰਨ ਕੇ ਜੱਫੇ ਲਾਉਂਦਾ ਹੈ, ਤੁੰਨ ਤੁੰਨ ਕੇ ਜੱਫੇ ਲਾਉਂਦਾ ਹੈ। ਸਾਡੇ ਕੈਪਟਨ ਵੀਰ ਨੂੰ ਬੇਨਤੀ ਆ ਵੀ ਕੋਈ ਸਨਮਾਨ ਕਰ ਰਹੇ ਆ ਪ੍ਰਬੰਧਕਾਂ ਨੇ, ਤੇ ਉਹ ਸਾਡੇ ਵੀਰ ਯਾਦ ਕਰ ਰਹੇ ਆ। ਉਧਰ ਦੇਖੋ ਵੀ ਕਹਿੰਦੇ ਐਲਈਡੀ ਵੀ ਲੱਗੀ ਹੋਈ ਹੈ, ਪਾਰ ਸਾਡਾ ਕਹਿੰਦਾ ਵੀ ਐਨ ਇੰਟਰਨੈਸ਼ਨਲ ਦਿੱਖ ਦਿੱਤੀ ਹੋਈ ਆ ਲਾਈਵ ਬੰਦ ਵਾਲਿਆਂ ਨੇ। ਲਓ ਸਾਹਮਣੇ ਕਹਿੰਦੇ ਕੋਟਰੀ ਵਾਲਾ ਜੀਤ, ਆਓ ਸਾਹਮਣੇ ਸੁੱਖਾ ਤੇ ਜੀਤ, ਸੁੱਖਾ ਤੇ ਜੀਤ, ਆਓ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ, ਆਓ ਨੰਬਰ ਰੇਡਰ ਦਾ ਵਾਓ ਸੁੱਖਿਆ, ਵਾਓ ਸੁੱਖਿਆ। ਸੁੱਖਾ ਜਿਉਣ ਵਾਲੀ ਆ ਵੀ ਕਹਿੰਦੇ ਸੁਪਰ 7 ਕਬੱਡੀ ਲੀਗ ਦੀ ਜੋ ਅਕੈਡਮੀ ਬਣੀ ਹੈ ਸਾਡੇ ਵੀਰ ਰਾਮਹੜਾ ਦੀ ਰਹਿਣ ਬਾਈ ਹੇਠ, ਉੱਥੇ ਪ੍ਰੈਕਟਿਸ ਕਰਦਾ ਦਿਲਬਾਗ। ਉੱਧਰ ਸਾਰੇ ਭਰਾ ਪਾਲ ਹੁਣੀ ਬਲਕਰਨ ਹੁਣੀ ਆਏ ਹੋਏ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਲਓ ਕਹਿੰਦੇ ਖਾਰੇ ਵਾਲੇ ਨੇ ਰੇਡ ਪਾ ਦਿੱਤੀ ਹੈ, ਹੁਣ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ। ਮੈਚ ਕਹਿੰਦੇ ਫਸਿਆ ਹੋਇਆ, ਜਿਹੜੀ ਟੀਮ ਜਿੱਤ ਗਈ ਉਹਨੇ ਕੋਟ ਸੁਖੀ ਦਾ ਸੈਮੀ ਫਾਈਨਲ ਖੇਡਣਾ। ਹੁਣ ਚਾਰਾਂ ਦੇ ਵਿੱਚੋਂ ਕੌਣ, ਵੀਰੂ ਵੀ ਤਿਆਰ ਹੈ, ਪਰ ਦੋਦੇ ਵਾਲੇ ਕਾਲੇ ਨੇ ਖੁੱਚ ਪੱਟਣ ਦੀ ਟਰਾਈ ਕੀਤੀ ਹੈ, ਪਰ ਨੰਬਰ ਜਿਹੜਾ ਰੇਡਰ ਦਾ ਨਿੱਕੇ ਦੀ ਰੇਡ ਲੈ ਵੀ ਦਿਲਵਾ ਕੇ ਹੋਰ ਕਰ ਗਿਆ। ਦਰਸ਼ਕਾਂ ਦੇ ਵਿੱਚ ਵੀ ਹੁੱਲੇ ਹੁਲਾ ਰਿਹਾ ਹੈ, ਹਾਂ ਪੱਲੇ ਉਹ ਬਦਰੇ ਮਾਰਿਆ ਲੈ ਵੀ ਤਲਵਾਰੇ ਵਾਲਿਆ। ਜੇ ਨਿੱਕੇ ਦੇ ਤੋਤੇ ਦੀ ਟੱਕਰ ਹੋਵੇ ਫੇਰ ਗੱਲ ਵੱਖਰੀ ਹੋਣੀ ਹੈ, ਐਨ ਸਵਾਦ ਹੀ ਫੇਰ ਆਉਣਾ ਦੁਨੀਆ ਨੂੰ। ਪਰ ਕਹਿੰਦੇ ਮੁੰਡਾ ਭਲੂਰ ਵਾਲਾ, ਆਹ ਦੇਖਦੇ ਹੈ, ਹਾਂ ਬਦਰੇ ਵਾਲਾ ਨਿੱਕਾ ਹੈ, ਬਦਰੇ ਵਾਲਾ ਨਿੱਕਾ ਅੱਜ ਦੇ ਸਮੇਂ ਦਾ ਸਟਾਰ ਹੈ। ਕੀ ਵਿਰਲਾ ਕੋਈ ਡੱਕਦਾ ਤੂਫਾਨ ਲੋਪੋ ਵਾਲਿਆ,
ਪਹਿਲੀ ਬਾਤੀ ਬਣਦੇ ਮਹਾਨ ਲੋਪੋ ਵਾਲਿਆ ਜਿਹੜਾ ਦੂਜਿਆਂ ਦੀ ਬਾਣੀ ਵਿੱਚ ਮੱਚ ਕੇ ਸਵਾਹ ਹੋ ਜੇ, ਮੁੱਲ ਲਵੇ ਵੈਰ ਚੁੜੇ ਮੌਤ ਵਾਲਾ ਧੰਦਾ, ਆਪੇ ਬੋਲਦੇ ਰਿਕਾਰਡ ਮੂੰਹੋ ਬੋਲਦਾ ਨੀ ਬੰਦਾ, ਆਪੇ ਬੋਲਦੇ ਰਿਕਾਰਡ ਮੂੰਹੋ ਬੋਲਦਾ ਨੀ ਬੰਦਾ। ਉਹ ਖਾਰੇ ਵਾਲੇ ਨੇ ਰੇਡ ਪਾ ਦਿੱਤੀ ਹੈ, ਉਹ ਫੂਲੇ ਦੇ ਵੱਡੇ ਰਿਕਾਰਡ ਹੈ, ਉਹ ਫੂਲੇ ਦੇ ਕਹਿੰਦੇ ਵੱਡੇ ਰਿਕਾਰਡ ਹੈ। ਕਹਿੰਦੇ ਅੱਜ ਕੋਈ ਮੁੜਨੇ ਨਹੀਂ ਦਿੱਤਾ, ਫੂਲੇ ਨੇ ਤੇ ਅੱਜ ਕੋਈ ਕਹਿੰਦੇ ਮੁੜਨੇ ਨਹੀਂ ਦਿੱਤਾ। ਹਾਲੇ ਤੇ ਕਹਿੰਦੇ ਫੂਲੇ ਦਾ ਸਥਾਨ ਯੂਰਪ ਗਿਆ ਹੋਇਆ, ਸੁੱਖੇ ਦੇ ਕਹਿੰਦੇ ਤਿਆਰ ਕੀਤੇ ਹੋਏ ਖਿਡਾਰੀ, ਕਦੇ ਰੀਤੇ ਦੀ ਗੱਲ ਹੈ, ਪਰ ਯੂਰਪ ਦੇ ਖੇਡ ਸੀਜ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਗੱਲ ਚੱਲਣੀ ਹੈ। ਉਹ ਸੁੱਖੇ ਦੀ ਕਹਿੰਦੇ ਰੇਡ ਪੈ ਰਹੀ ਹੈ ਕਿ ਸੁੱਖੀ ਲੋਪੋ ਛੱਡੇ ਤੀਰ ਪਿੱਛੇ ਨਹੀਂ ਉਹ ਮੁੜਦੇ, ਅੰਨਾ ਜ਼ੋਰ ਪਤਾ ਲੱਗੇ ਜਦੋਂ ਹੱਥ ਜੁੜਦੇ, ਪਹਿਲੀ ਵਾਰ ਹਾਰੇ ਦਾ ਨਾ ਕਰ ਪਛਤਾਵਾ, ਜਿਹੜਾ ਮਾਰਦਾ ਉਹ ਵਾਲੇ ਤੱਤਾ ਖੂਨ ਹੋਣਾ ਚਾਹੀਦਾ, ਹੌਸਲੇ ਦੇ ਮੂਹਰੇ ਜਿੱਤ ਗੋਡੇ ਟੇਕਦੀ, ਤੇ ਜਿੱਤਣ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ, ਜਿੱਤਣ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ। ਜਿਹਨਾਂ 'ਚ ਜਨੂਨ ਹੈ, ਜਿਹਨਾਂ ਨੇ ਮਿਹਨਤ ਕੀਤੀ ਹੈ, ਜਿਹਨਾਂ ਨੇ ਰਾਤਾਂ ਝਾਕੀਆਂ, ਉਹਨਾਂ ਦਾ ਨਾਂ ਚੱਲਦਾ, ਤਾਂ ਉਹ ਗੁਰਸ਼ਰਨ ਤੇ ਕਾਕੇ ਦੀ ਟੱਕਰ ਹੋਈ ਹੈ। ਪਰ ਕਾਕਾ ਭੱਜ ਗਿਆ, ਕਾਕਾ ਭੱਜ ਗਿਆ, ਇੱਧਰ ਨਿੱਕਾ ਆ ਗਿਆ, ਉੱਧਰ ਕਾਕੇ ਨੇ ਰੇਡ ਪਾਈ ਸੀ, ਲੈ ਵੀ ਦਰਬਾਰ ਕਰੀ ਗੱਲ। ਆਓ ਬਦਰੇ ਵਾਲਾ ਇਸ ਸਮੇਂ ਕਹਿੰਦੇ ਨਿੱਕਾ ਕਬੱਡੀ ਭਾ ਰਿਹਾ, ਨਿੱਕੇ ਨਾਂ ਨੂੰ ਵੀ ਕਹਿੰਦੇ ਬੜੀ ਪ੍ਰਸਿੱਧੀ ਮਿਲੀ ਹੈ, ਉੱਧਰ ਕਹਿੰਦੇ ਸਾਡਾ ਨਿੰਦਾ ਗਿੱਲ ਹੈ, ਲੰਡੇ ਕੇ ਵਾਲਾ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ, ਨਿੰਦਾ ਗਿੱਲ ਲੰਡੇ ਕੇ ਵਾਲਾ। ਆਓ ਇਸ ਸਮੇਂ ਪਈ ਹੋਈ ਰੇਡ, ਆਓ ਬਦਰੇ ਵਾਲਾ ਤੇ ਭਲੂਰ ਵਾਲਾ, ਤੋਤਾ ਆ ਤੋਤਾ ਤੇ ਨਿੱਕਾ ਹੁਣ ਬਣ ਗਿਆ ਇੱਕ ਸਾਰ ਜੋੜ ਗਿਆ। ਆਓ ਇੱਥੇ ਰੱਖ, ਵਾਹ ਨਿੱਕਿਆ ਬਾਈ ਦੇ ਨਿੱਕਿਆ, ਜੇ ਆ ਟੱਕਰ ਵਧੀਆ ਲੱਗੀ ਥੋੜਾ ਜਿਹਾ ਰੌਲਾ ਰੱਪਾ ਜਿਹਾ ਦੁਬਾਰਾ। ਮੇਲਾ ਕੋਰ ਸੁਖੀਏ ਦਾ, ਮੇਲਾ ਕੋਰ ਸੁਖੀਏ ਦਾ, ਸਾਰੀ ਪ੍ਰਬੰਧਕ ਕਮੇਟੀ ਨੂੰ ਮੁਬਾਰਕਾਂ। ਆਓ ਦੇਖਦੇ ਆ ਵੀ ਇਸ ਸਮੇਂ ਖਾਰੇ ਵਾਲਾ ਕੇਸਰ ਹੋਣਾ ਦੇ ਪਿੰਡ ਦਾ ਹੈ, ਬਾਬੇ ਗਾਂਧੀ ਹੋਣਾ ਦੇ ਪਿੰਡ ਦਾ ਹੈ, ਆਹ ਭਿੰਦੇ ਦਾ ਫੈਸਲਾ ਹੈ, ਕੋਟ ਕਰੋੜੀਏ ਦਾ ਵੀ ਪੁਆਇੰਟ ਰੇਡਰ ਦੇ ਹਿੱਸੇ ਹੈ, ਪੁਆਇੰਟ ਸੰਘੇ ਦਾ ਹੈ, ਕਿਰਨੀ ਦਿਆਲਪੁਰੇ ਵਾਲਾ ਵੀ ਆ ਗਿਆ ਹੈ, ਸਰਾਵਾਂ ਦੀ ਟੀਮ ਤੇ ਦੂਸਰੇ ਪਾਸੇ ਟੀਮ ਹੋਵੇਗੀ, ਉਹ ਵੀ ਜਲਦੀ ਆ ਜਾਵੇ, ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ, ਮਈਆਂ ਵਾਲੀ ਦੀ ਟੀਮ ਹੈ। ਉਹ ਸੁੱਖੇ ਦੀ ਰੇ, ਆਹ ਮੁੰਡਾ ਕਹਿੰਦੇ ਭਲੂਰੀ ਆ ਕੋਸ਼ਿਸ਼ ਕਰ ਰਿਹਾ, ਪਰ ਨੰਬਰ 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 ਰੇਡਰ ਦੇ ਹਿੱਸੇ ਜਾ ਜੁੜਿਆ। ਤਾਂ ਉਹ ਸਮਾਜ ਵਾਲਾ ਕਾਕਾ ਕਹਿੰਦੇ ਪਾਲੇ ਦਾ ਵੀ ਰੇਡ ਪਾਉਣ ਦੇ ਲਈ ਵਧਿਆ ਹੋਇਆ, ਹੁਣ ਚਾਰਾਂ ਦੇ ਵਿੱਚੋਂ ਦੇਖਦੇ ਆ ਵੀ ਕੌਣ ਜੱਫਾ ਲਾਵੇਗਾ, ਕੈਮਰਾਮੈਨ ਸਾਡਾ ਗਗਨ ਡਰੋਲੀ ਭੱਜ ਕੇ ਆ ਜਾਵੇਗਾ। ਕਾਕੇ ਦੀ ਰੇਡ ਹੈ ਵੀ ਫੁੱਲਿਆ, ਦੇਖ ਕਾਕੇ ਦੇ ਪਿੰਡ 'ਚ ਕਿੰਨੀ ਕੁ ਜਾਨ ਹੈ, ਆਹ ਮੁੰਡੇ ਦਾ ਵੀ ਪਿਛਲੇ ਸੀਜ਼ਨ ਦੇ ਵਿੱਚ ਕਹਿੰਦੇ ਵੱਡਿਆ ਕੱਪਾਂ ਤੇ ਨਾਂ ਚੱਲਿਆ, ਤਾਂ ਉਹ ਦੋਦੇ ਵਾਲੇ ਨੇ ਗੁੱਟ ਫੜ ਲਿਆ, ਕੈਂਚੀ ਵੀ ਮਾਰ ਦਿੱਤੀ ਹੈ, ਪਰ ਹਜੇ ਪੁਆਇੰਟ ਦੇ ਲਈ ਜਦੋਂ ਜਹਿਦ ਜਾਰੀ ਹੈ। ਉਹ ਕਾਕਾ ਭੱਜ ਤੁਰਿਆ ਕਿ ਬੈਲੀ ਭੱਜ ਤੁਰਿਆ, ਜੀਤੇ ਮੌੜ ਨਾ ਪੰਗਾ ਪਾ ਕੇ, ਤੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ, ਬਹਿ ਜਾ ਗੋਡੀ ਲਾ ਕੇ, ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ, ਬਹਿ ਜਾ ਗੋਡੀ ਲਾ ਕੇ, ਅੱਜ ਕੋਟ ਸੁਖੀਏ ਦੇ ਵਿੱਚ ਉਹ ਕੁੰਡੀਆਂ ਦੇ ਸਿੰਘ, ਕੁੰਡੀਆਂ ਦੇ ਸਿੰਘ ਫਸੇ ਹੈ, ਕੁੰਡੀਆਂ ਦੇ ਸਿੰਘ ਹੀ ਫਸਣੇ ਹੈ। ਆਹ ਦੇਖਦੇ ਹੈ ਪੁਆਇੰਟ, ਕਹਿੰਦੇ ਸੁੱਖੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਅਗਲੀ ਰੇਡ ਖਾਰੇ ਵਾਲਾ ਸੰਘਾ ਕਬੱਡੀ ਭਾ ਰਿਹਾ, ਮਾੜੀ ਵਾਲਾ ਸੰਘਾ ਵੀ ਪੁੱਜਿਆ ਹੋਇਆ ਆਪਣੇ ਮਿੱਤਰਾਂ ਦੇ ਨਾਲ, ਪਰ ਇਸ ਸਮੇਂ ਕਹਿੰਦੇ ਖਾਰੇ ਵਾਲੇ ਨੇ ਕਬੱਡੀ ਭਾਈ ਹੈ, ਖਾਰੇ ਵਾਲੇ ਦੀ ਰੇਡ। ਹਰਦੇਵ ਜੇਸੀਬੀ ਵਾਲਾ ਸਾਡਾ ਵੀਰ ਆ ਕੇ ਆਪਣਾ ਸਨਮਾਨ ਲੈ ਲਵੇ, ਹਰਦੇਵ ਜੇਸੀਬੀ ਵਾਲਾ। ਤਾਂ ਉਹ ਕਹਿੰਦੇ ਖਾਰੇ ਵਾਲੇ ਦੀ ਰੇਡ ਪੈ ਰਹੀ ਹੈ, ਕੋਟ ਸੁਖੇ ਦੀ ਧਰਤੀ ਹੈ। ਤਾਂ ਉਹ ਸਾਹਮਣੇ ਵੀਰੂ ਨੇ ਖੁੱਚ ਪੱਟੀ ਹੈ ਤੇ ਕੋਟ ਕਰੋੜੀਆ ਕਹਿੰਦਾ ਟੱਚ ਡਬਲ ਹੋ ਗਿਆ, ਨੰਬਰ ਰੇਡਰ ਦੇ ਸੇਜ ਆ ਜੁੜਿਆ। ਜਦੋਂ ਨਿੱਕਾ ਕਹਿੰਦੇ ਪੱਬ ਚੱਕ ਤੁਰਦਾ ਤੇ ਦਰਸ਼ਕ ਪਹਿਲਾਂ ਹੀ ਹੁੱਲੇ ਹੁਲਾਰੇ ਜੇ ਕਬੱਡੀ ਦੇ ਲੈਣ ਲੱਗ ਜਾਂਦੇ ਹੈ, ਦਰਸ਼ਕ ਕਹਿੰਦੇ ਪਹਿਲਾਂ ਹੀ ਪੱਬਾਂ ਦੇ ਹੋ ਜਾਂਦੇ ਵੀ ਜੇ ਤੋਤੇ ਨਾਲ ਟੱਕਰ ਹੋ ਜੇ ਨਾ ਤੇ ਫੇਰ ਸਵਾਦ ਆ ਜੇ, ਫੇਰ ਜਿਹੜਾ ਦੁਪਹਿਰਾ ਸਿਰ ਤੋਂ ਦੀ ਲੰਘਿਆ ਉਹਦਾ ਮੁੱਲ ਮੁੜ ਜਾਣਾ, ਵੀ ਕੋਟ ਸੁਖੀਏ ਦਾ ਮੋਛਾ ਚੱਲ ਰਿਹਾ। ਤਾਂ ਉਹ ਸਾਹਮਣੇ ਬਦਰੇ ਵਾਲਾ ਕਹਿੰਦੇ ਬਦਰੇ ਵਾਲਾ ਅੱਜ ਨਹੀਂ ਉਹ ਲੋਟ ਆਉਂਦਾ, ਬਦਰੇ ਵਾਲਾ ਅੱਜ ਨਹੀਂ ਉਹ ਲੋਟ ਆਉਂਦਾ। ਬਾਈ ਜੀਨੂੰ ਜੀਨੂੰ ਬਦਰੇ ਵਾਲੇ ਨਿੱਕੇ ਦੀਆਂ ਰੇਡਾਂ ਵਧੀਆ ਲੱਗੀਆਂ, ਦੱਸੋ ਮਹਾਰਾਜ। ਜਿਉਣ ਵਾਲੇ ਦੀ ਟੀਮ ਜਿੱਤ ਗਈ ਇਸ ਮੁਕਾਬਲੇ ਦੇ ਵਿੱਚ, ਜਿਉਣ ਵਾਲੇ ਦੀ ਟੀਮ ਜਿੱਤ ਰਹੀ ਹੈ।